ਹਰਚਰਨ ਸਿੰਘ ਬਰਾੜ ਪੰਜਾਬ ਦੇ 13ਵੇਂ ਮੁੱਖ ਮੰਤਰੀ ਸਨ। ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸਨ। 1995 ਵਿੱਚ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਬਣੇ। ਉਸ ਸਮੇਂ ਉਹ ਮੁਕਤਸਰ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਸਨ। ਹਰਚਰਨ ਸਿੰਘ ਬਰਾੜ ਦਾ ਜਨਮ 21 ਜਨਵਰੀ 1919 ਈਸਵੀ ਨੂੰ ਪਿੰਡ ਸਾਰਈ ਨਾਗਾ ਮੁਕਤਸਰ ਵਿਖੇ ਹੋਇਆ। ਹਰਚਰਨ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਈਸਟਰਨ ਕਾਲਜ ਲਾਹੌਰ ਤੋਂ ਹਾਸਿਲ ਕੀਤੀ ਅਤੇ ਫਿਰ ਗ੍ਰੈਜੂਏਸ਼ਨ ਦੀ ਡਿਗਰੀ ਸਰਕਾਰੀ ਕਾਲਜ ਲਾਹੌਰ ਤੋਂ ਪ੍ਰਾਪਤ ਕੀਤੀ। ਹਰਚਰਨ ਸਿੰਘ ਬਰਾੜ ਦੇ 2 ਵਿਆਹ ਹੋਏ ਸਨ। ਉਹਨਾਂ ਦਾ ਪਹਿਲਾ ਵਿਆਹ ਬੀਬੀ ਜਾਗੀਰ ਕੌਰ ਨਾਲ ਹੋਇਆ, ਜੋ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁੱਟਰ ਦੇ ਸਰਦਾਰ ਕਰਨੈਲ ਸਿੰਘ ਸੰਧੂ ਦੀ ਲੜਕੀ ਸੀ। ਹਰਚਰਨ ਸਿੰਘ ਬਰਾੜ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰੀ ਚਰਨਜੀਤ ਕੌਰ ਨੇ ਜਨਮ ਲਿਆ। ਚਰਨਜੀਤ ਕੌਰ ਦਾ ਵਿਆਹ ਪਟਿਆਲਾ ਦੇ ਰੇਤਗੜੀਆ ਖਾਨਦਾਨ ਵਿੱਚ ਹੋਇਆ। ਹਰਚਰਨ ਸਿੰਘ ਬਰਾੜ ਨੇ ਦੂਸਰਾ ਵਿਆਹ 1948 ਈਸਵੀ ਵਿੱਚ ਬੀਬੀ ਗੁਰਬਿੰਦਰ ਕੌਰ ਨਾਲ ਕਰਵਾਇਆ, ਜੋ ਕਿ ਜਸਵੰਤ ਸਿੰਘ ਕੈਰੋ ਦੀ ਲੜਕੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੀ ਭਤੀਜੀ ਸੀ। ਗੁਰਬਿੰਦਰ ਕੌਰ ਦੀ ਕੁੱਖੋਂ ਇੱਕ ਪੁੱਤਰ ਕੰਵਰਜੀਤ ਸਿੰਘ ਬਰਾੜ ਅਤੇ ਇੱਕ ਲੜਕੀ ਕੰਵਲਜੀਤ ਕੌਰ ਨੇ ਜਨਮ ਲਿਆ। ਹਰਚਰਨ ਸਿੰਘ ਬਰਾੜ 5 ਵਾਰ ਵਿਧਾਨ ਸਭਾ ਦੇ ਮੈਂਬਰ ਬਣੇ। ਹਰਚਰਨ ਸਿੰਘ ਬਰਾੜ ਨੇ ਆਪਣਾ ਰਾਜਨੀਤਿਕ ਸਫ਼ਰ ਪਿੰਡ ਦਾ ਸਰਪੰਚ ਬਣ ਕੇ ਸ਼ੁਰੂ ਕੀਤਾ। ਉਹ ਪਹਿਲੀ ਵਾਰ 1960 ਤੋਂ 1962 ਅਤੇ ਫਿਰ 1962 ਤੋਂ 1967 ਤੱਕ ਮੁਕਤਸਰ ਤੋਂ ਵਿਧਾਨ ਸਭਾ ਦੇ ਮੈਂਬਰ ਬਣੇ। 1967 ਵਿੱਚ ਉਹਨਾਂ ਨੇ ਗਿੱਦੜਬਾਹਾ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ 52 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਹਰਚਰਨ ਸਿੰਘ ਬਰਾੜ 1969 ਵਿੱਚ ਕੋਟਕਪੂਰਾ ਤੋਂ ਵਿਧਾਨ ਸਭਾ ਦੇ ਮੈਂਬਰ ਬਣੇ। ਹਰਚਰਨ ਸਿੰਘ ਬਰਾੜ 1977 ਵਿੱਚ ਫਰਵਰੀ ਤੋਂ ਸਤੰਬਰ ਤੱਕ ਉੜੀਸਾ ਅਤੇ ਦਸੰਬਰ 1977 ਤੋਂ ਦਸੰਬਰ 1979 ਤੱਕ ਹਰਿਆਣਾ ਦੇ ਗਵਰਨਰ ਰਹੇ। ਉਹ 1992 ਵਿੱਚ ਮੁਕਤਸਰ ਤੋਂ ਵਿਧਾਨ ਸਭਾ ਦੇ ਮੈਂਬਰ ਬਣੇ। 1997 ਤੋਂ ਬਾਅਦ ਹਰਚਰਨ ਸਿੰਘ ਬਰਾੜ ਨੇ ਰਾਜਨੀਤੀ ਤੋਂ ਅਸਤੀਫਾ ਲੈ ਲਿਆ ਅਤੇ 6 ਸਤੰਬਰ 2009 ਨੂੰ 90 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਇਸ ਪਰਿਵਾਰ ਦੇ ਦੂਸਰੇ ਰਾਜਨੀਤਿਕ ਮੈਂਬਰ ਗੁਰਬਿੰਦਰ ਕੌਰ ਬਰਾੜ ਦੀ ਗੱਲ ਕਰਦੇ ਹਾਂ। ਗੁਰਬਿੰਦਰ ਕੌਰ ਦਾ ਜਨਮ 12 ਅਗਸਤ 1922 ਨੂੰ ਅੰਮ੍ਰਿਤਸਰ ਦੇ ਪਿੰਡ ਕੈਰੋ ਵਿਖੇ ਜਸਵੰਤ ਸਿੰਘ ਕੈਰੋ ਦੇ ਘਰ ਹੋਇਆ, ਜੋ ਕਿ ਪ੍ਰਤਾਪ ਸਿੰਘ ਕੈਰੋ ਦੇ ਛੋਟੇ ਭਰਾ ਸਨ। ਗੁਰਬਿੰਦਰ ਕੌਰ ਨੇ ਆਪਣੀ ਮਾਸਟਰ ਡਿਗਰੀ ਸਰਕਾਰੀ ਕਾਲਜ ਲਾਹੌਰ ਤੋਂ ਹਾਸਿਲ ਕੀਤੀ। 1964 ਵਿੱਚ ਗੁਰਬਿੰਦਰ ਕੌਰ ਨੂੰ ਉਹਨਾਂ ਦੇ ਚਾਚਾ ਜੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਫਿਰੋਜ਼ਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਗੁਰਬਿੰਦਰ ਕੌਰ ਬਰਾੜ ਨੇ ਆਪਣੀ ਪਹਿਲੀ ਚੋਣ 1972 ਵਿੱਚ ਮਲੋਟ ਹਲਕੇ ਤੋਂ ਲੜੀ ਅਤੇ ਜਿੱਤ ਹਾਸਿਲ ਕੀਤੀ। ਇਸ ਸਮੇਂ ਉਹ ਗਿਆਨੀ ਜੈਲ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ। 1980 ਵਿੱਚ ਲੋਕ ਸਭਾ ਚੋਣਾਂ ਵਿੱਚ ਗੁਰਬਿੰਦਰ ਕੌਰ ਬਰਾੜ ਨੇ ਫਰੀਦਕੋਟ ਤੋਂ ਅਕਾਲੀ ਦਲ ਦੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਰਾਇਆ। ਫਿਰ 1985 ਵਿੱਚ ਗੁਰਬਿੰਦਰ ਕੌਰ ਬਰਾੜ ਨੇ ਮੁਕਤਸਰ ਤੋਂ ਵਿਧਾਨ ਸਭਾ ਦੀ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ। ਇਸ ਉਪਰੰਤ ਉਹ ਅਕਾਲੀ ਸਰਕਾਰ ਦੌਰਾਨ ਵਿਰੋਧੀ ਦਲ ਦੇ ਨੇਤਾ ਚੁਣੇ ਗਏ। ਹਰਚਰਨ ਸਿੰਘ ਬਰਾੜ ਨੇ ਮੁੱਖ ਮੰਤਰੀ ਬਣਨ ਉਪਰੰਤ ਗੁਰਬਿੰਦਰ ਕੌਰ ਬਰਾੜ ਨੂੰ ਕੁਝ ਸਮੇਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਸੀ। ਹਰਚਰਨ ਸਿੰਘ ਬਰਾੜ ਅਤੇ ਗੁਰਬਿੰਦਰ ਕੌਰ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ਬਰਾੜ ਦਾ ਜਨਮ 15 ਅਕਤੂਬਰ 1949 ਨੂੰ ਅੰਮ੍ਰਿਤਸਰ ਵਿਖੇ ਹੋਇਆ। ਕੰਵਰਜੀਤ ਸਿੰਘ ਬਰਾੜ ਦਾ ਵਿਆਹ ਕਰਨ ਕੌਰ ਨਾਲ ਹੋਇਆ। ਕੰਵਰਜੀਤ ਸਿੰਘ ਬਰਾੜ ਅਤੇ ਕਰਨ ਕੌਰ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਕੰਵਰਜੀਤ ਸਿੰਘ ਬਰਾੜ 1977 ਅਤੇ 2007 ਵਿੱਚ ਵਿਧਾਨ ਸਭਾ ਮੈਂਬਰ ਬਣੇ। 4 ਮਾਰਚ 2012 ਨੂੰ 63 ਸਾਲ ਦੀ ਉਮਰ ਵਿੱਚ ਕੈਂਸਰ ਦੀ ਬਿਮਾਰੀ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। 2012 ਵਿੱਚ ਕੰਵਰਜੀਤ ਸਿੰਘ ਦੇ ਬਿਮਾਰ ਹੋਣ ਤੋਂ ਬਾਅਦ ਉਹਨਾਂ ਦੀ ਪਤਨੀ ਕਰਨ ਕੌਰ ਬਰਾੜ ਨੇ ਵਿਧਾਨ ਸਭਾ ਦੀ ਚੋਣ ਲੜੀ ਤੇ ਜਿੱਤ ਹਾਸਿਲ ਕੀਤੀ। 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਰਨ ਕੌਰ ਬਰਾੜ ਸਭ ਤੋਂ ਅਮੀਰ ਉਮੀਦਵਾਰ ਸਨ। ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਰਨ ਕੌਰ ਬਰਾੜ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਕਿਹਾ। ਇਸ ਤੇ ਕਰਨ ਕੌਰ ਬਰਾੜ ਦਾ ਜਵਾਬ ਸੀ ਕਿ ਅਕਾਲੀ ਦਲ ਵਿੱਚ ਉਹ MLA ਜਾਂ ਮੰਤਰੀ ਤਾਂ ਬਣ ਸਕਦੀ ਹੈ, ਪਰੰਤੂ ਗਵਰਨਰ ਨਹੀਂ। ਕਰਨ ਕੌਰ ਬਰਾੜ ਅਤੇ ਮਹਾਰਾਣੀ ਪ੍ਰਨੀਤ ਕੌਰ ਇੱਕੋ ਹੀ ਪਰਿਵਾਰ ਨਾਲ ਸੰਬੰਧ ਰੱਖਦੀਆਂ ਹਨ। ਸ਼ਿਮਲਾ ਦੇ ਜੀਸਸ ਮੈਰੀ ਕਾਨਵੈਂਟ ਸਕੂਲ ਵਿੱਚ ਪੜ੍ਹਨ ਵਾਲੀਆਂ ਇਹਨਾਂ 4 ਲੜਕੀਆਂ ਨੇ ਪੰਜਾਬ ਦੇ ਵੱਡੇ ਰਾਜਨੀਤਿਕ ਪਰਿਵਾਰਾਂ ਵਿੱਚ ਵਿਆਹ ਕਰਵਾਏ। ਮਹਾਰਾਣੀ ਪ੍ਰਨੀਤ ਕੌਰ ਦਾ ਵਿਆਹ ਕੈਪਟਨ ਅਮਰਿੰਦਰ ਸਿੰਘ ਨਾਲ, ਉਹਨਾਂ ਦੀ ਛੋਟੀ ਭੈਣ ਗਿਤਿੰਦਰ ਦਾ ਵਿਆਹ ਸਿਮਰਨਜੀਤ ਸਿੰਘ ਮਾਨ ਨਾਲ ਹੋਇਆ। ਦੂਜੇ ਪਾਸੇ ਕਰਨ ਕੌਰ ਦਾ ਵਿਆਹ ਹਰਚਰਨ ਸਿੰਘ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ਬਰਾੜ ਅਤੇ ਉਹਨਾਂ ਦੀ ਭੈਣ ਹਰੀ ਪ੍ਰਿਆ ਦਾ ਵਿਆਹ
ਕੈਪਟਨ ਅਮਰਿੰਦਰ ਸਿੰਘ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਨਾਲ ਹੋਇਆ। ਕਰਨ ਕੌਰ ਦਾ ਵੱਡਾ ਪੁੱਤਰ ਤੇਜਬੀਰ ਸਿੰਘ ਇੱਕ ਸਫਲ ਕਿਸਾਨ ਹੈ ਅਤੇ ਉਹਨਾਂ ਦੇ ਆਪਣੇ ਖਾਨਦਾਨੀ ਘੋੜਿਆਂ ਦੇ ਤਬੇਲੇ ਵੀ ਨੇ। ਸਭ ਤੋਂ ਛੋਟਾ ਪੁੱਤਰ ਕਰਨਵੀਰ ਸਿੰਘ ਬਰਾੜ ਪਿੰਡ ਦਾ ਸਰਪੰਚ ਸੀ ਤੇ ਹੁਣ ਮਾਰਕੀਟ ਕਮੇਟੀ ਮੁਕਤਸਰ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਪਰਿਵਾਰ ਦਾ ਰਾਜਨੀਤਿਕ ਇਤਿਹਾਸ ਕਾਫੀ ਵੱਡਾ ਹੈ। ਆਮ ਲੋਕਾਂ ਵੱਲੋਂ ਕਿਆਸ ਲਗਾਏ ਜਾ ਰਹੇ ਨੇ ਕਿ ਕਰਨਵੀਰ ਸਿੰਘ ਬਰਾੜ ਨੂੰ 2022 ਵਿੱਚ ਵਿਧਾਨ ਸਭਾ ਦੀ ਚੋਣ ਲੜਾਈ ਜਾ ਸਕਦੀ ਹੈ। ਬੇਸ਼ੱਕ ਕਰਨ ਕੌਰ ਬਰਾੜ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਾਲੀ ਸਾਹਿਬਾ ਦੱਸਦੇ ਨੇ, ਪਰੰਤੂ ਕੈਪਟਨ ਅਮਰਿੰਦਰ ਸਿੰਘ ਇਸ ਪਰਿਵਾਰ ਨਾਲ ਖਫਾ ਦਿਖਾਈ ਦੇ ਰਹੇ ਨੇ, ਕਿਉਂਕਿ ਕਰਨ ਕੌਰ ਬਰਾੜ ਹਰ ਵਾਰ ਪੰਜਾਬ ਕਾਂਗਰਸ ਤੋਂ ਬਾਹਰ ਖੜੇ ਹੋ ਕੇ ਦਿੱਲੀ ਤੋਂ MLA ਦੀ ਟਿਕਟ ਦੀ ਮੰਗ ਕਰਦੀ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਪਰਿਵਾਰਵਾਦ ਦੀ ਪਰੰਪਰਾ ਇੰਝ ਹੀ ਬਰਕਰਾਰ ਰਹੇਗੀ